ਸਾਡੇ ਕੋਲ ਟੋਟਲ ਸਾਡੇ ਕੋਲ 10 ਵੈਂਟੀਲੇਟਰ ਸੀਗੇ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਕੋਲ ਫੰਕਸ਼ਨਿੰਗ ਦੇ ਵਿੱਚ ਚੱਲ ਰਹੇ ਸੀਗੇ ਉਹ ਸਾਡੇ ਕੋਲ 2 ਚੱਲ ਰਹੇ ਹੈ ਜਿਹੜੇ ਫੰਕਸ਼ਨਿੰਗ 'ਚ ਹੈਗੇ ਆ 3 ਸਾਡੇ ਕੋਲੋਂ ਮੁਹਾਲੀ ਤੋਂ ਮੰਗਵਾ ਲਏ ਸੀ ਉਹਨਾਂ ਨੇ ਸਟੇਟ 'ਚੋਂ ਅਤੇ ਉਹਨਾਂ ਨੂੰ ਲੋੜ ਪੈ ਗਈ ਐਮਰਜੈਂਸੀ 'ਚ 3 ਸਾਡੇ ਕੋਲ ਜਲੰਧਰ ਸਿਵਲ ਹੋਸਪਿਟਲ ਮੰਗਵਾ ਲਏ ਉਹ ਵੀ ਐਮਰਜੈਂਸੀ ਸਾਨੂੰ ਦੇਣੇ ਪਏ ਕਿਉਂਕਿ ਸਾਡੇ ਕੋਲ ਇੱਥੇ ਨੋਨ ਫੰਕਸ਼ਨਲ ਸੀ ਇਸ ਤੋਂ ਪਹਿਲਾਂ ਅਸੀਂ ਪ੍ਰਾਈਵੇਟ ਹੋਸਪਿਟਲ 'ਚੋਂ ਸਾਰਿਆਂ ਨੂੰ ਰਿਕੁਐਸਟ ਕੀਤੀ ਸੀਗੀ ਡੀਸੀ ਮੈਡਮ ਦੇ ਕਹਿਣ 'ਤੇ ਸਾਰੇ ਪ੍ਰਾਈਵੇਟ ਹੋਸਪਿਟਲਸ ਨੂੰ ਕਿ ਜੇ ਕੋਈ ਲੈਣਾ ਚਾਹੁੰਦਾ ਵੈਂਟੀਲੇਟਰ ਤਾਂ ਅਸੀਂ ਉਹਨੂੰ ਦੇ ਦੇਵਾਂਗੇ ਅਤੇ ਉਹ ਯੂਜ਼ ਕਰ ਲਏ ਅਤੇ ਜਿਹੜੇ ਸਾਡੇ ਗਰੀਬ ਪੇਸ਼ੈਂਟਸ ਆਉਂਦੇ ਆ ਰੈਫਰ ਕਰਦੇ ਆ ਜਿਹੜੇ ਉਹਨਾਂ ਨੂੰ ਵੈਂਟੀਲੇਟਰ ਦੇ ਚਾਰਜਿਸ ਨਾ ਲਏ ਜਾਣ ਬਾਕੀ ਆਪਣੇ ਉਹ ਚਾਰਜਿਸ ਲਏ ਜਾਣ ਇਸ ਕਰਕੇ ਉਸ ਦੌਰਾਨ ਦੇ ਵਿੱਚ 2 ਵੈਂਟੀਲੇਟਰ ਅਸੀਂ IVY ਨੂੰ ਦਿੱਤੇ ਗਏ IVY ਤੋਂ ਮੈਨੂੰ ਰਿਪੋਰਟਸ ਆ ਰਹੀਆਂ ਨੇ ਕਿ ਉਹ ਵੈਂਟੀਲੇਟਰ ਯੂਜ਼ ਕਰ ਰਹੇ ਆ ਅਤੇ ਪੈਸੇ ਓਵਰ ਚਾਰਜਿੰਗ ਕਰ ਰਹੇ ਆ ਅਸੀਂ ਤਾਂ ਉਹਨੂੰ ਸਿਰਫ ਯੂਜ਼ ਕਰਨ ਵਾਸਤੇ ਦਿੱਤੇ ਸੀਗੇ ਪਰ ਉਹ ਕਹਿੰਦੇ ਅਸੀਂ ਯੂਜ਼ ਨਹੀਂ ਕਰ ਰਹੇ ਸਾਨੂੰ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਅਤੇ ਇੱਦਾਂ ਦੀ ਜੇ ਗੱਲ ਹੋਏਗੀ ਤਾਂ ਆਪਾਂ ਵੈਂਟੀਲੇਟਰ ਵਾਪਸ ਲੈ ਲਵਾਂਗੇ ਉਹਨੂੰ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਹੈ ਅਸੀਂ ਚੀਜ਼ ਦਿੱਤੀ ਹੈ ਗਰੀਬ ਪੇਸ਼ੈਂਟ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਗਰੀਬ ਪੇਸ਼ੈਂਟਸ ਦਾ ਭਲਾ ਹੋਵੇ ਅਤੇ ਜੇ ਉਹ ਪੈਸੇ ਲੈ ਕੇ ਉਹਨੂੰ ਇੱਦਾਂ ਕਰਦੇ ਪਏ ਆ ਫਿਰ ਤਾਂ ਬਹੁਤ ਮਾੜੀ ਗੱਲ ਹੈਗੀ ਹੈ ਅਸੀਂ ਇਹਦੀ ਇਨਕੁਆਇਰੀ ਵੀ ਕਰਾਂਗੇ ਪੁੱਛਾਂਗੇ ਵੀ ਇਹਨਾਂ ਨੂੰ ਅਤੇ ਜੋ ਲੋੜੀਂਦੀ ਦੀ ਕਾਰਵਾਈ ਹੋਊਗੀ ਕਰਾਂਗੇ ਸਰ ਨਵਾਂਸ਼ਹਿਰ ਦੇ ਜੇ ਵਿੱਚ ਵੈਂਟੀਲੇਟਰ ਆ ਉੱਥੇ ਕਿਉਂ ਤੁਸੀਂ ਚਾਲੂ ਹੋ ਰਹੀ ਹੈ ਕਿਉਂ ਕਾਰਨ ਕੀ ਹੈ ਵੈਂਟੀਲੇਟਰ ਤੁਸੀਂ ਦੇਖਣਾ ਥੋੜ੍ਹੇ ਦਿਨਾਂ ਤੱਕ ਅਸੀਂ ਉੱਥੇ ਵੀ ਸਿਸਟਮ ਬਣਾਉਣ ਲੱਗੇ ਹਾਂ ਜਿਹਦੇ ਵਿੱਚ ਆਪਾਂ ਸੋਚਦੇ ਪਏ ਕਿ ਉਹ ਆਪਾਂ ਉੱਥੇ ਵੀ L3 ਦਾ ਲੈਵਲ ਆਪਾਂ ਕਰ ਲਈਏ ਮੈਂ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਪਰ ਮੈਂ ਇੰਨਾ ਕੁ ਯਕੀਨ ਦਿਲਾਉਂਦਾ ਕਿ L3 ਲੈਵਲ ਮੈਂ ਇੱਥੇ ਟਰਾਈ ਕਰਾਂਗਾ ਕਿ L3 ਲੈਵਲ ਇੱਥੇ ਸ਼ੁਰੂ ਹੋ ਜਾਏ ਅਤੇ ਜਿਹੜੇ ਆਪਾਂ ਲੋਕਾਂ ਨੂੰ ਹੈਲਪ ਦੇ ਰਹੇ ਹਾਂ ਉਹ ਆਪਣੇ ਗਰੀਬ ਪੇਸ਼ੈਂਟ ਨੂੰ ਇੱਥੇ ਹੈਲਪ ਦੇਈਏ ਤਾਂ ਕਿ ਮਰੀਜ਼ ਬਾਹਰ ਨਾ ਜਾ ਸਕਣ ਸਰ ਜਿਹੜਾ ਸਰ PM ਕੇਅਰ ਦਾ ਜਿਹੜਾ ਵੈਂਟੀਲੇਟਰ ਆਇਆ ਸੀ ਉਹ IVY ਚੱਲ ਰਿਹਾ ਤਾਂ ਕਿ ਆਪਾਂ ਸਰਕਾਰੀ ਜਿਹੜਾ PM ਸਰਕਾਰਾਂ ਵੱਲੋਂ ਆਇਆ ਸੀ ਪ੍ਰਧਾਨ ਮੰਤਰੀ ਵੱਲੋਂ ਕਿ ਆਪਾਂ ਉਹਨੂੰ ਦੇ ਸਕਦੇ ਹਾਂ ਕਿਸੇ ਨੂੰ ਉਹ ਇੱਦਾਂ ਦੀ ਗੱਲ ਨਹੀਂ ਹੈ ਜੇ ਆਪਾਂ ਦੇਖੋ ਜਿਹੜੀ ਚੀਜ਼ ਆਪਾਂ ਯੂਜ਼ ਨਹੀਂ ਕਰਦੇ ਪਏ ਫਜ਼ੂਲ ਪਈ ਹੈ ਸਾਡੇ ਘਰ ਦੇ ਵਿੱਚ ਅਗਰ ਉਹਦਾ ਯੂਜ਼ ਕਰਕੇ ਸਹੀ ਯੂਜ਼ ਹੁੰਦਾ ਹੋਵੇ ਫਿਰ ਤਾਂ ਆਪਾਂ ਜ਼ਰੂਰ ਦੇਵਾਂਗੇ ਪਰ ਜਿੱਦਾਂ ਦੀ ਖਬਰਾਂ ਆ ਰਹੀਆਂ IVY ਤੋਂ ਸਾਨੂੰ ਅਤੇ ਸਾਨੂੰ ਇਹਦੇ ਬਾਰੇ ਦੁਬਾਰਾ ਸੋਚਣਾ ਪਏਗਾ ਅਸੀਂ ਇਹ ਮੈਟਰ ਜਿਹੜਾ DC ਮੈਡਮ ਨਾਲ ਵੀ ਡਿਸਕਸ ਕਰਾਂਗੇ ਕਿ ਲੋਕ ਇੱਦਾਂ ਅਵੇਅਰ ਕਰ ਰਹੇ ਆ ਮੇਰੇ ਕੋਲ ਉੱਦਾਂ ਵਰਬਲੀ ਆ ਰਹੇ ਆ ਪਰ ਕੰਪਲੇਂਟ ਨਹੀਂ ਅਜੇ ਕਿਸੇ ਦੀ ਵੀ ਆਈ ਜਦੋਂ ਕੰਪਲੇਂਟ ਆ ਗਈ ਅਸੀਂ ਕਾਰਵਾਈ ਵੀ ਕਰਾਂਗੇ ਸਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਸਰਕਾਰੀ PM ਦੇ ਵੈਂਟੀਲੇਟਰ ਚੱਲ ਰਿਹਾ ਓਪਨ ਵਰਕ ਕਰ ਰਿਹਾ ਪੇਸ਼ੈਂਟ ਦੇ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਕੰਮ ਕਰ ਰਿਹਾ ਉਹ ਕਹਿ ਰਹੇ ਸੀ ਯੂਜ਼ ਨਹੀਂ ਕਰ ਰਹੇ ਹਾਂ ਉਹ ਕਹਿ ਰਹੇ ਯੂਜ਼ ਨਹੀਂ ਕਰ ਰਹੇ ਇਹ ਕੰਟਰੋਵਰਸ਼ੀਅਲ ਜਿਹਾ ਉਹਦੇ ਵਿੱਚ ਹੈਗਾ ਵੀਡੀਓ ਵਿੱਚ ਸਰ ਹੈਗਾ ਆਪਾਂ ਵੀ ਦੇਖ ਲਵਾਂਗੇ ਜੇ ਉਹ ਇਦਾਂ PM ਕੇਅਰ ਦਾ ਯੂਜ਼ ਕਰ ਰਹੇ ਔਰ ਚਾਰਜਸ ਲੈ ਰਹੇ ਆ ਤੇ ਫਿਰ ਐਕਸ਼ਨ ਜੋ ਬੰਦਾ ਹੈ ਸਰ ਜਿਹੜੇ ਅਦਰਸ ਹਸਪੀਟਲ ਹੈਗਾ ਜਿੱਦਾਂ ਕਿਵੇਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਵੀ ਹਸਪੀਟਲ ਦਾ ਇਹ ਵੀ ਜਿਹੜੇ ਵਾਧੂ ਚਾਰਜ 50,000 ਤੱਕ ਵੈਂਟੀਲੇਟਰ ਚਾਰਜ ਉਹਨਾਂ ਵਾਸਤੇ ਇੱਕ ਰੇਟ ਫਿਕਸ ਕਰ ਦਿੱਤਾ ਹੈਗਾ ਸਰਕਾਰ ਨੇ ਅਤੇ ਉਹ ਦੱਸ ਦਿੱਤਾ ਗਿਆ ਸਾਡੇ ਕੋਲ ਜੇ ਕੋਈ ਕੰਪਲੇਂਟ ਇੱਦਾਂ ਦੀ ਆਏਗੀ ਤਾਂ ਆਪਾਂ ਉਹਦੇ 'ਤੇ ਇਨਕੁਆਇਰੀ ਜ਼ਰੂਰ ਕਰਾਂਗੇ ਦੇਖੋ ਪਿਛਲੇ ਸਾਲ ਤੋਂ ਜਦੋਂ ਕਰੋਨਾ ਦੀ ਵੇਵ ਪੰਜਾਬ ਦੇ ਵਿੱਚ ਆਈ ਆ ਉਦੋਂ SP ਓਬਰਾਏ ਸਾਹਿਬ ਨੇ ਨਵਾਂਸ਼ਹਿਰ ਦੇ ਸਿਵਲ ਹੋਸਪਿਟਲ ਨੂੰ 2 ਵੈਂਟੀਲੇਟਰ ਦਾਨ ਵਜੋਂ ਦਿੱਤੇ ਸੀ ਔਰ ਜਿਹੜਾ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ ਆ PM ਕੇਅਰ ਫੰਡ ਦੇ ਵਿੱਚੋਂ ਨਵਾਂਸ਼ਹਿਰ ਦੇ ਲਈ 10 ਵੈਂਟੀਲੇਟਰ ਜਿਹੜੇ ਆਏ ਸੀਗੇ ਇਹਨਾਂ ਨੇ ਸਿਵਲ ਸਰਜਨ ਜਿਹੜੇ ਸਾਡੇ ਗੁਰਦੀਪ ਸਿੰਘ ਕਪੂਰ ਜੀ ਆ ਉਹਨਾਂ ਦੇ ਕਹਿਣ ਅਨੁਸਾਰ ਉਹਨਾਂ ਨੇ ਉਹਨਾਂ ਵਿੱਚੋਂ 2 ਵੈਂਟੀਲੇਟਰ ਰੱਖ ਲਏ ਕਿ ਉਹਨਾਂ ਨੂੰ ਲੋੜ ਨਹੀਂ ਹੈਗੀ ਬਾਕੀ 8 ਵੈਂਟੀਲੇਟਰ ਇਹਨਾਂ ਨੇ ਹੋਰ ਜਗ੍ਹਾ ਸ਼ਿਫਟ ਕਰ ਦਿੱਤੇ ਸੋ ਜਿਹੜੇ 4 ਵੈਂਟੀਲੇਟਰ ਇਹਨਾਂ ਕੋਲ ਟੋਟਲ ਸੀਗੇ ਉਹਦੇ ਵਿੱਚੋਂ ਇਹਨਾਂ ਨੇ 2 ਵੈਂਟੀਲੇਟਰ ਨਵਾਂਸ਼ਹਿਰ ਦੇ IVY ਹਸਪੀਟਲ ਨੂੰ ਦੇ ਦਿੱਤੇ ਇਹ ਕਹਿ ਕੇ ਕਿ ਸਾਡੇ ਕੋਲ ਇਹਨਾਂ ਨੂੰ ਆਪਰੇਟ ਕਰਨ ਵਾਲਾ ਬੰਦਾ ਹੈ ਨਹੀਂ ਸਾਡੇ ਕੋਲ ਚਲਾਉਣ ਵਾਲਾ ਡਾਕਟਰ ਹੈ ਨਹੀਂਗਾ ਤੁਸੀਂ ਮੈਨੂੰ ਦੱਸੋ ਵੀ ਇਹਨਾਂ ਨੇ ਕਿਹਨੂੰ ਪੁੱਛ ਕੇ ਉਹ ਵੈਂਟੀਲੇਟਰ ਦਿੱਤੇ ਦੂਜਾ ਜਿਹੜੇ ਉਹ ਵੈਂਟੀਲੇਟਰ ਦਿੱਤੇ ਨੇ IVY ਨੂੰ ਮੈਂ ਕੱਲ੍ਹ ਜਾ ਕੇ ਆਇਆ ਮੇਰੇ ਕੋਲ ਸਾਰਾ ਉਹਦਾ ਰਿਕਾਰਡ ਪਿਆ ਵੈਂਟੀਲੇਟਰਾਂ ਦਾ ਮੈਂ ਕੱਲ੍ਹ ਆਪ ਜਾ ਕੇ ਉਹਨਾਂ ਨੂੰ ਜਾ ਕੇ IVY ਵਾਲਿਆਂ ਨੂੰ ਕਿਹਾ ਕਿ ਮੈਨੂੰ ਸਰ ਮੇਰਾ ਭਰਾ 35 ਸਾਲ ਦੀ ਉਹਦੀ ਉਮਰ ਆ ਉਹ ਬਿਮਾਰ ਆ ਉਹਨੂੰ ਵੈਂਟੀਲੇਟਰ ਦੀ ਸਖਤ ਲੋੜ ਆ ਜਿਹੜੇ ਵੈਂਟੀਲੇਟਰ ਤੁਹਾਡੇ ਕੋਲ ਸਿਵਲ ਹੋਸਪਿਟਲ ਤੋਂ ਆਏ ਹੋਏ ਆ ਪਲੀਜ਼ ਤੁਸੀਂ ਉਹ ਵੈਂਟੀਲੇਟਰਾਂ ਨਾਲ ਸਾਡੇ ਬੰਦੇ ਦਾ ਇਲਾਜ ਕਰ ਦਿਓ ਪਰ ਉਹ ਕਹਿੰਦੇ ਜੀ ਕਿਸੇ ਵੀ ਹਾਲ ਦੇ ਵਿੱਚ ਸਾਡੇ ਕੋਲ ਵੈਂਟੀਲੇਟਰ ਖਾਲੀ ਨਹੀਂ ਹੈਗਾ ਕਿਸੇ ਵੀ ਹਾਲ 'ਚ ਤੁਹਾਨੂੰ ਵੈਂਟੀਲੇਟਰ ਨਹੀਂ ਮਿਲ ਸਕਦਾ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਵੈਂਟੀਲੇਟਰ ਜੇ ਖਾਲੀ ਹੁੰਦਾ ਤਾਂ ਉਹਦਾ ਚਾਰਜ ਕਿੰਨਾ ਲਓਗੇ ਉਹ ਕਹਿੰਦੇ ਜੀ ਚਾਹੇ ਉਹ ਸਿਵਲ ਹੋਸਪਿਟਲ ਵਾਲੇ ਵੈਂਟੀਲੇਟਰ ਆਏ ਹੋ ਚਾਹੇ ਸਾਡੇ ਵਾਲਾ ਸਾਨੂੰ ਨਹੀਂ ਪਤਾ ਕਿਹੜਾ ਕਿਹਦਾ ਹੈਗਾ ਪਰ 40,000 ਤੋਂ 50,000 ਰੁਪਈਆ ਇੱਕ ਦਿਨ ਦਾ ਖਰਚਾ ਜੀ
वह भी जे थोड़ा पेशेंट होर ज़्यादा सीरीयस होंदा तो यह खर्चा बढ़ भी सकता। सो इस करके पहली गल तो सिविल हॉस्पिटल के बिच इन्हां वेंटीलेटर ते इलाज क्यों नहीं किया गया। दूजा एक एक दिन का 50-50 हज़ार रुपया मरीज तो लैके जिहड़ा ये बहुत वड्डी लुकमी लुट की जा रही है ये जिहड़ी किहदी मिली भुगता ये जांच का विषय आ। दूजी गल जदों इन्हां नूं पता सी कि करोना महामारी की दूजी वेव इन्हां नूं मार्च महीने पता लग गया सी कि दूजी वेव जिहड़ी आ बहुत खतरनाक आ रही आ ते इन्हां ने जिहड़े पीएम केयर तो 10 वेंटीलेटर आए सी ਉਹ ਵਾਪਸ ਕਿਉਂ ਭੇਜੇ ਇੱਧਰ ਉੱਧਰ ਕਿਉਂ ਭੇਜੇ ਉਹ 10 ਵੈਂਟੀਲੇਟਰ ਇੱਥੇ ਕਿਉਂ ਨਹੀਂ ਰੱਖੇ। ਸੋ ਇਸ ਕਰਕੇ ਇਹ ਬਹੁਤ ਵੱਡੀ ਜਾਂਚ ਦਾ ਵਿਸ਼ਾ ਆ ਔਰ ਜਾਂਚ ਹੋਣੀ ਚਾਹੀਦੀ ਆ। ਇਹ ਮੈਂ ਕੱਲ੍ਹ ਸਿਵਲ ਸਰਜਨ ਗੁਰਦੀਪ ਸਿੰਘ ਕਪੂਰ ਜੀ ਨੂੰ ਵੀ ਮਿਲ ਕੇ ਆਇਆ ਉਹ ਮੰਨਦੇ ਨੇ ਕਿ ਅਸੀਂ ਦਿੱਤੇ ਹੋਏ ਮੇਰੇ ਕੋਲ ਬਕਾਇਦਾ ਵੀਡੀਓ ਵੀ ਹੈਗੀ ਆਈ ਵੀ ਬਾਈ ਦੀ। ਸੋ ਇਹ ਇਸ ਕਰਕੇ ਇਹ ਮੁੱਦਾ ਬਹੁਤ ਗੰਭੀਰ ਆ। ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਕਿਸੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲਾ ਨਹੀਂ ਮਿਲ ਰਿਹਾ ਮਰੀਜ਼ਾਂ ਨੂੰ ਦਾਖਲ ਨਹੀਂ ਕੀਤਾ ਜਾ ਰਿਹਾ ਲੋਕਾਂ ਦਾ ਬਹੁਤ ਬੁਰਾ ਹਾਲ ਆ। ਸੋ ਇਹਦੇ ਉੱਤੇ ਤੁਰੰਤ ਜਿਹੜੀ ਆ ਸੰਬੰਧਿਤ ਪ੍ਰਸ਼ਾਸਨ ਕਾਰਵਾਈ ਕਰੇ। ਤੁਹਾਨੂੰ ਕੀ ਲੱਗਦਾ ਹੈ ਕਿ ਸਿਵਲ ਸਰਜਨ ਨਾਲ ਕੋਈ ਮਿਲੀ ਭੁਗਤ ਕੋਸ ਦਾ ਸਿਹਤ ਵਿਭਾਗ ਨਾਲ ਕੋਈ ਇਹਦੇ ਵਿੱਚ ਭਾਜੀ ਦੇਖੋ ਇਹ ਮਿਲੀ ਭੁਗਤ ਤਾਂ ਸ਼ਰੇਆਮ ਜ਼ਾਹਰ ਹੋ ਰਹੀ ਆ 50-50 ਹਜ਼ਾਰ ਰੁਪਈਆ ਜਿਹੜਾ ਮਤਲਬ ਫ੍ਰੀ 'ਚ ਇਲਾਜ ਲੋਕਾਂ ਦਾ ਹੋਣਾ ਸੀ ਉਹਦੇ ਤੋਂ 50 ਹਜ਼ਾਰ ਰੁਪਈਆ ਇੱਕ ਦਿਨ ਦਾ ਲੈ ਕੇ ਜਿਹੜਾ ਮੋਟਾ ਕਮਿਸ਼ਨ ਹੋ ਸਕਦਾ 2-3 ਧਿਰਾਂ ਦੇ ਵਿੱਚ ਵੰਡ ਕੇ ਖਾਧਾ ਜਾ ਰਿਹਾ ਹੋਵੇ। ਮਿਲੀ ਭੁਗਤ ਤਾਂ ਹੈਗੀ ਆ ਤਾਂ ਹੀ ਸਿਵਲ ਹਸਪੀਟਲ ਦੇ ਜਿਹੜਾ ਵੈਂਟੀਲੇਟਰਾਂ ਦਾ ਫ੍ਰੀ ਇਲਾਜ ਹੋਣਾ ਸੀ ਉਹਨਾਂ ਦੇ ਨਾਲ 50-50 ਹਜ਼ਾਰ ਰੁਪਈਏ ਦੀ ਕਮਾਈ ਕੀਤੀ ਜਾ ਰਹੀ ਆ। ਲੁੱਟ ਕਿਹਦੀ ਹੋ ਰਹੀ ਆ? ਆਮ ਲੋਕਾਂ ਦੀ ਹੋ ਰਹੀ ਆ। ਸੋ ਆਮ ਲੋਕਾਂ ਨੂੰ ਇਹ ਤੋਂ ਜਲਦ ਰਾਹਤ ਦਿੱਤੀ ਜਾਵੇ ਜੀ। ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾਚਾਰੀਆ ਮਾਤਾਲੀ ਉਪਾਸਕ ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਪ੍ਰੇਮ ਵਿਆਹ ਚ ਰੁਕਾਵਟ ਸੌਦਨ ਦੁਸ਼ਮਣ ਦਾ ਖਾਤਮਾ ਵਿਦੇਸ਼ ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98 729 0 14 31।